ਅੱਜ ਅਸੀਂ ਖੜੇ ਆ ਸੁਲਤਾਨਪੁਰ ਡੱਲਾ ਰੋਡ ਦੇ ਉੱਤੇ ਔਰ ਆਹ ਜਿਹੜਾ ਇੱਥੇ ਕੰਮ ਹੋ ਰਿਹਾ ਹੈ ਆਹ ਕੈਮਰਾ ਮਾਰੀ ਜਰਾ ਇਹ ਕੰਮ ਹੋ ਰਿਹਾ ਜੀ 550ਵੇਂ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਜਿਹੜਾ ਗੁਰਪੁਰਬ ਹੈ ਉਹਦੀਆਂ ਤਿਆਰੀਆਂ ਲਈ ਇਹ ਕੰਮ ਹੋ ਰਿਹਾ ਔਰ ਸਾਨੂੰ ਇਹ ਸ਼ਿਕਾਇਤ ਮਿਲੀ ਸੀਗੀ ਕਿ ਉੱਥੇ ਜਿਹੜਾ ਮਟੀਰੀਅਲ ਆ ਬਹੁਤ ਹੀ ਘਟੀਆ ਔਰ ਮਾੜਾ ਮਟੀਰੀਅਲ ਜਿਹੜਾ ਲੱਗ ਰਿਹਾ ਅਸੀਂ ਇਹ ਚੈੱਕ ਕਰਨ ਆਏ ਹਾਂ ਆਹ ਦੂਰੋਂ ਦੇਖਣ ਨੂੰ ਤੁਸੀਂ ਆਹ ਦੇਖੋ ਇਹ ਇੱਟ ਬਿਲਕੁਲ ਮਾੜੀ ਆ ਆਹ ਤੁਸੀਂ ਆਹ ਦੇਖੋ ਜਰਾ ਕਿ ਆਹ ਇਸ ਕਿਸਮ ਦੀ ਇੱਟ ਜਿਹੜੀ ਹੈ ਇਹ ਇੱਥੇ ਲੱਗ ਰਹੀ ਹੈ ਆਹ ਜਿਹੜੀ ਔਰ ਆਹ ਦੇਖੋ ਆਹ ਇਸ ਕਿਸਮ ਦੀ ਇੱਟ ਜਿਹੜੀ ਹੈ ਪਿੱਲੀ ਇੱਟ ਪਿੱਲੀ ਇੱਟ ਹੈ ਆਹ ਦੇਖੋ ਜੀ ਆਹ 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 ਇੱਟ ਲੱਗ ਰਹੀ ਹੈ ਜੀ ਇੱਥੇ ਉੱਦਾਂ ਟੁੱਟ ਗਈ ਆਹ ਇੱਟ ਹੈ ਜੀ ਮੈਨੂੰ ਲੱਗਦਾ ਕਿ ਮਾਰਾਂਗੇ ਤੇ ਆਹ ਇੱਟ ਹੈ ਜੀ ਜਿਹੜੀ ਇੱਥੇ ਲੱਗ ਰਹੀ ਹੈ ਸੋ ਮੈਂ ਸਮਝਦਾ ਕਿ ਜਿੰਨੀਆਂ ਗ੍ਰਾਂਟਾਂ ਪੰਜਾਬ ਗੌਰਮੈਂਟ ਨੇ ਜਾਂ ਸੈਂਟਰ ਚੋਂ ਆਈਆਂ ਉਹਦਾ ਜਿਹੜਾ ਇਹ ਮੈਨੂੰ ਨਹੀਂ ਲੱਗਦਾ ਵੀ 20% ਵੀ ਜਿਹੜਾ ਇੱਥੇ ਲੱਗ ਰਿਹਾ ਜੇ ਇਹੋ ਜਿਹੀਆਂ ਇੱਟਾਂ ਨੇ ਆਹ ਮੈਂ ਤੇ ਆਹ ਦੇਖੋ ਜਰਾ ਆਹ ਕੋਈ ਵੀ ਇੱਟ ਜਿਹੜੀ ਤੁਸੀਂ ਦੇਖ ਲਓ ਕੋਈ ਵੀ ਇੱਟ ਦੇਖੋ ਤੁਸੀਂ ਆਹ ਇੱਟਾਂ ਲੱਗ ਰਹੀਆਂ ਜੀ ਇੱਥੇ ਆਹ ਦੇਖ ਲਓ ਜੀ ਸ਼ਾਇਦ ਮੈਂ ਮਾਰਾਂ ਤੇ ਉਦਾਂ ਹੀ ਆਹ ਇੱਟਾਂ ਜੀ ਅਸੀਂ ਸਾਨੂੰ ਕਾਫੀ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਇੱਥੇ ਇੰਨਾ ਘਪਲਾ ਹੋ ਰਿਹਾ ਤੇ ਮੈਂ ਸਮਝਦਾ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਚਰਨ ਛੂਹ ਪ੍ਰਾਪਤ ਪਵਿੱਤਰ ਧਰਤੀ ਹੈ ਇਸ ਤੋਂ ਵੱਡਾ ਪਾਪ ਇਦੋਂ ਵਧੀਆ ਵੱਡਾ ਘਟੀਆ ਕੰਮ ਨਹੀਂ ਹੋ ਸਕਦਾ ਕਿ ਇਹ ਇੱਥੋਂ ਵੀ ਜਿਹੜੇ ਪੈਸੇ ਹੈ ਉਹ ਖਾ ਰਹੇ ਹੈ ਮੈਂ ਸਮਝਦਾ ਕਿ ਇਹ ਇਦੋਂ ਵੱਡਾ ਕੋਈ ਪਾਪ ਨਹੀਂ ਹੋ ਸਕਦਾ ਸੋ ਅੱਜ ਅਸੀਂ ਇਹ ਤੁਹਾਨੂੰ ਆਹ ਦਿਖਾ ਰਹੇ ਹਾਂ ਬਾਕੀ ਅੱਗੇ ਵੀ ਆਹ ਚੈੱਕ ਕਰ ਲੈਂਦੇ ਹਾਂ ਆ ਜਾਓ ਇੱਧਰ ਇੱਟਾਂ ਜਿਹੜੀਆਂ ਨੇ ਆ ਉੱਤੋਂ ਚੱਕ ਕੇ ਦੇਖਦੇ ਹਾਂ ਸ਼ਾਇਦ ਇਹ ਵੀ ਉੱਦਾਂ ਦਾ ਹਾਲ ਹੀ ਹੋਊਗਾ